ਸੀ ਵੀ ਅੱਜ ਤੋਂ 15-20 ਸਾਲ ਪਹਿਲਾਂ ਇੱਕ ਕਲਾਕਾਰ ਹੋਇਆ ਸੀ ਅੰਮ੍ਰਿਤਸਰ ਵੱਲ ਸਾਈਡ ਦਾ। ਹੁਣ ਵੀ ਉਹਦੀ ਬਹੁਤ ਬਹੁਤ ਯਾਨੀ ਕਿ ਉਹਦੇ ਵਧੀਆ ਗਾਣੇ ਨੇ ਯਾਰ, ਵਧੀਆ ਬੰਦਾ, ਮੈਨੂੰ ਵਧੀਆ ਲੱਗਦਾ ਬੰਦਾ ਹੈ ਨਾ। ਅਤੇ ਉਹ ਜਦੋਂ ਉਹਦਾ ਵਿਚਾਰ ਦੀ ਤਰੱਕੀ ਹੋਈ ਹੋਈ ਨਾ, ਇੱਕ ਆਪਣੇ ਇੱਥੇ ਕਲਾਕਾਰ ਜਿਹੜੇ ਆਪਾਂ ਕਹਿੰਦੇ ਹੁੰਦੇ ਨਾ ਵੀ ਜਿਹੜੇ ਇਸਟੈਬਲਿਸ਼ਡ ਹੁੰਦੇ ਨੇ, ਜਿਹੜੇ ਪੁਰਾਣੇ ਕਲਾਕਾਰ ਹੁੰਦੇ ਨੇ, ਉਹਨਾਂ ਨੇ ਸਾਲੇ ਨੇ ਕਿਆ ਕੀਤਾ, ਉਹਦੇ ਘਰ ਦਾ ਨਾ ਨੰਬਰ ਦੇਤਾ। ਜਦੋਂ ਉਹਦੀ ਪੂਰੀ ਚੜ੍ਹਾਈ ਹੋ ਗਈ ਨਾ, ਉਹਨੂੰ ਪਤਾ ਲੱਗ ਗਿਆ, ਉਹਨੇ ਤਾਂ ਕੁਛ ਨਹੀਂ ਕਿਹਾ ਕਿਸੇ ਨੂੰ ਵਿਚਾਰੇ ਨੂੰ। ਪਰ ਜਿਹੜੇ ਆ ਦੋ ਤਿੰਨ ਲੀਡ ਫਕੀਰ ਸੀਗੇ ਉੱਥੇ, ਲੀਡ ਫਕੀਰ ਤਾਂ ਇੱਕੋ ਹੀ ਹੈ, ਉਹੀ ਸੀਗਾ। ਅਤੇ ਕੀ ਕੀਤਾ ਨਾ, ਉਹਦੇ ਘਰ ਦਾ ਨੰਬਰ ਦੇਤਾ। ਸ਼ੁਰੂ ਤੋਂ ਇਹ ਕੰਮ ਕਰਦੇ ਨੇ। ਘਰ ਦਾ ਨੰਬਰ ਕਿਵੇਂ, ਯਾਨੀ ਕਿ ਵੀ ਜਿਹੜਾ ਆਪਣੇ ਘਰਦਿਆਂ ਕੋਲ ਹੁੰਦਾ, ਉਦੋਂ ਉਹਨਾਂ ਟਾਈਮਾਂ 'ਚ ਲੈਂਡਲਾਈਨ ਹੋਣਗੇ, ਅਤੇ ਨੰਬਰ ਦੇਤਾ। ਕਹਿੰਦਾ ਐਂ ਕਰੋ, ਜਿੰਨੇ ਵੀ ਆਪਣੇ ਫੈਨ ਨੇ ਗਰੁੱਪਾਂ 'ਚ ਪਾਤਾ, ਜਿੰਨੇ ਆਪਣੇ ਫੈਨ, ਇਹਨੂੰ ਸਾਲੇ ਨੂੰ ਗਾਲਾਂ ਕੱਢੋ, ਇਹਨੂੰ ਸਾਲੇ ਨੂੰ ਪਤਾ ਲੱਗੇ ਵੀ ਇਹ ਬੋਲਦਾ ਕਿਵੇਂ, ਤਰੱਕੀ ਕਿਵੇਂ ਕਰ ਗਿਆ, ਇਹ ਫਲਾਨਾ ਕਰ ਗਿਆ। ਉਹ ਵਿਚਾਰੇ ਸ਼ਰੀਫ ਬੰਦੇ ਸੀ ਯਾਰ, ਚਲੋ ਛੱਡ ਗਏ ਯਾਰ ਉਸ ਚੀਜ਼ ਨੂੰ, ਹੈ ਨਾ, ਵੀ ਕੋਈ ਗੱਲ ਨਹੀਂ, ਹਾਂ ਵੀ ਕੀ ਦਿੱਕਤ ਹੈ। ਫਿਰ ਇਹਨਾਂ ਨੇ ਕਿਆ ਕਰਿਆ, ਫਿਰ ਇੱਕ ਦੋ ਬੰਦੇ ਨਾਲ ਹੋਰ ਇਹਨਾਂ ਨਾਲ ਐਂ ਕੀਤਾ, ਫਿਰ ਗਾਣਾ ਕੱਢ ਦੇਣਾ ਵੀ ਫਲਾਨਾ ਸਾਡੇ ਤਾਂ ਐਂ, ਇਸ ਤਾਂ ਐਂ, ਧਮਕਾਂ ਜੇ ਆ ਵੋ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਭਰਾ, ਹੁਣ ਤੱਕ ਤੁਸੀਂ ਜਿੰਨੇ ਨਾਲ ਜੋ ਕੀਤਾ, ਫੋਨ ਫਾਨ ਮੈਸੇਜ ਮੁਸੇਜ, ਇਹੀ ਕੱਲ੍ਹ ਇਹੀ ਕੁਛ, ਇਹ ਕੱਲ੍ਹ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਨਕੁਆਇਰੀ ਨੰਬਰ 'ਤੇ ਫੋਨ ਕਰਤਾ, ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਈਮੇਲਾਂ ਕਰਤੀਆਂ, ਅਸੀਂ ਇਹ ਕਰ ਦਿਆਂਗੇ, ਫਲਾਨਾ ਧਮਕਾ ਕਰਦਾ। ਮੇਰੀ ਗੱਲ ਸੁਣੋ ਏ, ਠੀਕ ਹੈ ਨਾ, ਪਹਿਲੀ ਗੱਲ, ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਦੇ ਕਿਸੇ ਨੂੰ ਮਾੜਾ ਚੰਗਾ ਅਜੇ ਤੱਕ ਬੋਲਿਆ, ਨਾ ਮੈਂ ਬੋਲਾਂ, ਅਤੇ ਮੈਂ ਜਿੱਦਣ ਬੋਲਦਾ ਮੈਂ ਠਿੱਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ, ਠੀਕ ਹੈ ਨਾ, ਵੀ ਆਹ ਜਿਹੜੀਆਂ ਲੀਰਾਂ ਵਾਲੀਆਂ ਗੱਲਾਂ ਕਰਨੀਆਂ ਨਾ, ਵਿੱਚਾਂ ਲੀਰਾਂ ਨੂੰ ਕਹਿਣਾ, ਵਿੱਚ ਹੀ ਤੁਹਾਡੇ ਉਸਤਾਦ ਨੂੰ ਕਹਿਣਾ, ਠੀਕ ਹੈ ਨਾ, ਵੀ ਆਪਦਾ ਬੰਦੇ ਵਾਂਗੂ ਉਹਦਾ ਖੂੰਜੇ ਲੱਗ ਕੇ ਉਹਦਾ ਕੰਮ ਕਰੀ ਚੱਲੋ, ਠੀਕ ਹੈ ਨਾ। ਨਾ ਮੈਂ ਲੈਣ ਦੇਣ 'ਚ ਕਿਸੇ ਨਾਲ ਤੁਹਾਡੇ 'ਚ ਹੈਗਾ ਨਾ ਹੈਗਾ, ਪਰ ਜੇ ਮੈਨੂੰ ਵਿੱਚ ਘੜੀਸੋਂਗੇ ਨਾ, ਮੈਂ ਇਹੋ ਜਿਹਾ ਘੋਟਾ ਚੜ੍ਹਾਊਂਗਾ ਸਾਰੀ ਜ਼ਿੰਦਗੀ ਯਾਦ ਰੱਖੂੰਗੇ, ਠੀਕ ਹੈ ਨਾ। ਹੁਣ ਤੱਕ ਤੁਸੀਂ ਕੁੜੀਆਂ ਹੀ ਦਵਾਈਆਂ ਨੇ, ਕੁੜੀਆਂ ਦੇ ਪੇਜਾਂ 'ਤੇ ਜਾ ਕਮੈਂਟ ਗਾਲਾਂ ਕੱਢ ਕੇ, ਆਹ ਲੀਰਾਂ ਫਕੀਰਾਂ ਵਾਲੇ ਕੰਮ ਨਾ ਜ਼ਿੰਦਗੀ ਦੇ ਵਿੱਚ ਇਹ ਬੰਦਿਆਂ ਵਾਲੇ ਨਾ ਮਰਦਾਂ ਵਾਲੇ ਕੰਮਾਂ 'ਚ ਇਹ ਆਉਂਦੇ ਨੇ, ਨਾ ਹੀ ਇਹ ਆ ਹੁਣ, ਠੀਕ ਹੈ ਨਾ। ਹੁਣ ਤੱਕ ਤੁਸੀਂ ਕੁੜੀਆਂ ਡਰਾਈਆਂ ਨੇ, ਤੁਹਾਡਾ ਕਿਸੇ ਸਿਰੇ ਵਾਲੇ ਨਾਲ ਵਾਹ ਨਹੀਂ ਪਿਆ, ਠੀਕ ਹੈ ਨਾ। ਕੀ ਇਨਕੁਆਇਰੀ ਨੰਬਰ ਵਾਲੇ 'ਤੇ ਫੋਨ ਕਰਕੇ ਸਿਸਟਮ ਕਰਕੇ ਵੀ ਹਾਂ ਅਸੀਂ ਐਂ ਕਰ ਦਿਆਂਗੇ, ਕਿਆ ਕਰ ਦਿਓਗੇ ਤੁਸੀਂ, ਲੋਕੇ ਥੋੜ੍ਹੀ ਰਹਿੰਦੇ ਹਾਂ ਕਿਸੇ ਪਾਸੇ, ਠੀਕ ਹੈ ਨਾ, ਆਪਦੇ ਪਿੰਡ ਰਹਿੰਦੇ ਹਾਂ, ਠੋਕ ਕੇ ਸਾਰੇ ਸਾਰੀ ਦੁਨੀਆਂ ਨੂੰ ਪਤਾ ਕਿੱਥੇ ਰਹਿੰਦੇ ਹਾਂ, ਇੱਥੇ ਬੋਲ ਕੇ ਚੰਡੀਗੜ੍ਹ ਲੋਕੇ ਥੋੜ੍ਹੀ ਬੈਠਦਾ ਮੈਂ, ਠੀਕ ਹੈ ਨਾ। ਜੇ ਕਿਸੇ ਨਾਲ ਬਣਦੀ ਵੀ ਨਹੀਂ ਤਾਂ ਨਾਮ ਲੈ ਕੇ ਕਹਿਣਾ ਵੀ ਹਾਂ ਉਹ ਤੈਨੂੰ ਕਿਹਾ, ਠੀਕ ਹੈ ਨਾ। ਜੇ ਤਾਂ ਹਿੰਮਤ ਹੈਗੀ ਪੰਗੇ ਲੈਣ ਦੀ, ਤਾਂ ਸੱਦਣ ਮੱਥੇ ਹੋ ਕੇ ਲਿਆ ਕਰੋ ਪੰਗੇ, ਠੀਕ ਹੈ ਨਾ। ਆਹ ਫੋਨਾਂ ਫਾਨ ਵਾਲਾ ਸਿਸਟਮ ਨਾ ਮੈਂ ਅੱਜ ਤੱਕ ਕਿਸੇ ਨਾਲ ਇਹੋ ਜਿਹੇ ਲੋਅ ਗ੍ਰੇਡ ਵਾਲੇ ਕੰਮ ਕਦੇ ਕੀਤੇ ਨੇ। ਗਾਲ ਮੈਂ ਤਾਂ ਨਹੀਂ ਕੱਢ ਰਿਹਾ ਕਿਉਂਕਿ ਮੈਂ ਆਪਦੇ ਆਪ 'ਚ ਸੁਧਾਰ ਕੀਤਾ ਵੀ ਚੱਲ ਮੈਂ ਕਿਸੇ ਨੂੰ ਮੋਬਰ ਦਾ ਚੰਗਾ ਨਹੀਂ ਬੋਲਣਾ, ਠੀਕ ਹੈ ਨਾ। ਹੁਣ ਤੱਕ ਤੁਸੀਂ ਬੁੜੀਆਂ ਦਵਾਈਆਂ ਨੇ, ਠੀਕ ਹੈ, ਸ਼ਰੀਫ ਲੋਕ ਦਵਾਏ ਨੇ, ਜਿੰਨਾ ਮੈਨੂੰ ਛੇੜੋਗੇ ਮੈਂ ਤਾਂ ਇਹੋ ਜਲ ਵਾਂ, ਜਿੰਨਾ ਛੇੜੋਗੇ ਮੈਂ ਤੁਹਾਡੀ ਓਨੀ ਵੱਧ ਬੱਦਰੀ ਬਣਾਊਂਗਾ, ਠੀਕ ਹੈ ਨਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਕਈ ਚੀਜ਼ਾਂ ਮੈਂ ਆਪਣੀ ਜ਼ਿੰਦਗੀ 'ਚ ਸੁਧਾਰ ਕੀਤੀਆਂ ਵੀ ਚੱਲ ਆਪਾਂ ਕਿਸੇ ਨੂੰ ਰਿਪਲਾਈ ਨਹੀਂ ਕਰਨਾ, ਆਪਾਂ ਕਿਸੇ ਨਾਲ ਲੜਨਾ ਨਹੀਂ, ਵਾਹਿਗੁਰੂ ਨੇ ਟੈਲੈਂਟ ਦਿੱਤਾ, ਠੀਕ ਹੈ ਨਾ, ਆਪਾਂ ਨੂੰ ਕੋਈ ਚੰਗੀ ਚੀਜ਼ ਦਿੱਤੀ ਹੈ ਤਾਂ ਉਹਦਾ ਆਪਾਂ ਚੰਗੀ ਚੀਜ਼ ਲਈ ਇਸਤੇਮਾਲ ਕਰੀਏ, ਕਿਸੇ ਦੀ ਬੇਇੱਜ਼ਤੀ ਕਰਨ ਲੱਗ ਗਏ, ਠੀਕ ਹੈ, ਚੱਲ ਅਸੀਂ ਨਿਆਣਪੁਣੇ ਸਾਰੇ ਗਲਤੀਆਂ ਕਰਦੇ ਨੇ, ਅਸੀਂ ਵੀ ਕੀਤੀਆਂ, ਮੈਂ ਵੀ ਸਿੱਖਿਆ ਉਹ ਚੀਜ਼ਾਂ ਤੋਂ। ਪਰ ਉਸ ਚੀਜ਼ ਦਾ ਤੁਸੀਂ ਕਿਸੇ ਦਾ ਗਲਤ ਫਾਇਦਾ ਨਾ ਚੱਕ, ਠੀਕ ਹੈ ਨਾ, ਨਹੀਂ ਫਿਰ ਬੁੱਢੀ ਉਮਰ 'ਚ ਦਾੜੀ 'ਚ ਫੁੱਲ ਪਾਉਣ ਲੱਗੇ ਮਿੰਟ ਹੀ ਲੱਗਦੇ ਹੁੰਦੇ ਨੇ, ਠੀਕ ਹੈ ਨਾ, ਜੋ ਅਸੀਂ ਘੋਲ ਵੀ ਨਹੀਂ ਕਰਨੀ, ਠੀਕ ਹੈ ਨਾ। ਮੇਰੇ ਸੁਭਾਅ ਦਾ ਤੁਹਾਨੂੰ ਸਾਰਿਆਂ ਨੂੰ ਪਤਾ, ਕੋਈ ਬੰਦਾ ਟਾਈਮ ਪਾਸ ਕਰ ਰਿਹਾ ਟੇਕ ਕੇ ਉਹਨੂੰ ਕਰ ਲੈਣਾ ਦਿਓ,